ਅੰਮ੍ਰਿਤਸਰ ਦਾ ਵਿਧਾਨ ਸਭਾ ਹਲਕਾ ਅਟਾਰੀ ਜਿਸ ਨੂੰ ਦੇਸ਼ਾਂ ਵਿਦੇਸ਼ਾਂ ਚ ਲੋਕ ਪੂਰੀ ਤਰ੍ਹਾਂ ਜਾਣਦੇ ਨੇ ਇਸ ਹਲਕੇ ਦਾ ਹਲੇ ਵਿਕਾਸ ਚੰਗੀ ਤਰ੍ਹਾਂ ਹੋ ਨਹੀਂ ਸਕਿਆ ਹੁਣ ਇਥੋਂ ਦੀ ਆਪਣੀ ਦਾਵੇਦਾਰੀ ਠੋਕਦੇ ਹੋਏ ਅਜੀਪਾਲ ਸਿੰਘ ਰੰਧਾਵਾ ਜੋ ਕਿ ਕਾਂਗਰਸ ਹੀ ਆਗੂ ਨੇ ਉਹਨਾਂ ਦੇ ਵੱਲੋਂ ਵੱਖਰੇ ਤਰੀਕੇ ਦਾ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਪੈਂਫਲਟ ਛਪਾਉਣ ਦੀ ਜਗ੍ਹਾ ਤੇ ਇੱਕ ਬੁੱਕਲੇਟ ਤਿਆਰ ਕਰਵਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਆਪਣੇ ਪਿੰਡ ਦੇ ਲੋਕਾਂ ਦੀ ਸਾਰੀ ਜਾਣਕਾਰੀ ਦਰਜ ਕਰਵਾਵਾਂਗਾ ਅਤੇ ਲੋਕ ਇਸ ਦੇ ਵਿੱਚ ਆਪਣੀਆਂ ਸ਼ਿਕਾਇਤਾਂ ਵੀ ਲਿਖ ਸਕਣਗੇ ਜਿਸ ਦੇ ਵਿੱਚ ਹਰ ਪੜੇ ਲਿਖੇ ਘੱਟ ਪੜੇ ਲਿਖੇ ਦੀ ਵੀ ਸੂਚੀ ਹੋਵੇਗੀ ਜੋਵਾਨਾਂ ਨੂੰ ਨੌਕਰੀਆਂ ਦਿਵਾਉਣ ਦਾ ਵੀ ਸਾਰਾ ਵੇਰਵਾ ਇਹਦੇ ਵਿੱਚ ਲਿਖਿਆ ਜਾਵੇਗਾ ਜਿਸ ਦੀ ਜਾਣਕਾਰੀ ਅਜੀਪਾਲ ਸਿੰਘ ਰੰਧਾਵਾ ਕੁਛ ਇਸ ਤਰੀਕੇ ਨਾਲ ਦੇ ਰਹੇ ਨੇ ਦੇਖੋ ਜੀ ਮੈਂ ਆਪਣੇ ਵਿਧਾਨ ਸਭਾ ਹਲਕਾ ਅਟਾਰੀ ਦੇ ਹਰ ਪਿੰਡ ਦਾ ਜਿਹੜਾ ਵਾ ਉਹ ਸਾਰਾ ਸਿਸਟਮ ਵੀ ਉੱਥੇ ਬੱਚੇ ਕਿੰਨੇ ਕਿੰਨੇ ਪੜ੍ਹੇ ਆ ਬੱਚੀਆਂ ਕਿੰਨੀਆਂ ਪੜ੍ਹੀਆਂ ਵਾ ਔਰ ਸਰਪੰਚ ਸਾਬਕਾ ਸਰਪੰਚ ਜਾਂ ਕਿਸਾਨ ਆਗੂ ਜਾਂ ਨੰਬਰਦਾਰ ਚੌਕੀਦਾਰ ਆਸ਼ਾ ਵਰਕਰ ਬੀ ਐਲਓ ਹਰ ਬੰਦੇ ਨੂੰ ਮੈਂ ਇਸ ਕਿਤਾਬ ਦੇ ਵਿੱਚ ਪਿੰਡ ਵਾਈਜ਼ ਰਜਿਸਟਰਡ ਕਰਨਾ ਚਾਹਨਾ ਔਰ ਮੇਰੀ ਕਾਂਗਰਸ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਆ ਉਹਨਾਂ ਦਾ ਮੈਂ ਇਹਦੇ 'ਚ ਨਾਂ ਤੇ ਮੋਬਾਈਲ ਨੰਬਰ ਪਿੰਡ ਵਾਈਜ਼ ਇੱਥੇ ਰਜਿਸਟਰਡ ਕਰਨਾ ਚਾਹਨਾ ਇਹਦੇ ਨਾਲ ਹੀ ਇਸ ਕਿਤਾਬ ਵਿੱਚ 10ਵੀਂ 12ਵੀਂ ਬੀਏ ਐਮਏ ਜਾਂ ਵੱਧ ਪੜਿਆਂ ਦੀ ਸੂਚੀ ਵੀ ਮੈਨੂੰ ਪਤਾ ਲੱਗ ਸਕੇ ਵੀ ਮੇਰੇ ਪਿੰਡ ਵਿੱਚ ਕਿਹੜੇ 10ਵੀਂ 12ਵੀਂ ਬੀਏ ਬੱਚੀਆਂ ਕਿੰਨੀਆਂ ਵਾਂ ਤੇ ਬੱਚੇ ਕਿੰਨੇ ਆ ਤਾ ਜੋ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਕੋਈ ਨਾ ਕੋਈ ਨਵੇਂ ਵਸੀਲੇ ਜਿਹੜੇ ਆ ਉਹ ਪੈਦਾ ਕੀਤੇ ਜਾ ਸਕਣ ਇਹਦੇ ਨਾਲ ਹੀ ਖੇਡਾਂ ਵਿੱਚ ਹਿੱਸਾ ਲੈਣ ਜਾਂ ਪ੍ਰਮੋਟ ਕਰਨ ਵਾਲਿਆਂ ਦੀ ਸੂਚੀ ਕਿ ਮੇਰੇ ਵਿਧਾਨ ਸਭਾ ਹਲਕੇ 'ਚ ਕਿਹੜੇ ਕਿਹੜੇ ਪਿੰਡ 'ਚ ਕਿਹੜੀ ਕਿਹੜੀ ਖੇਡ ਖੇਡੀ ਜਾਂਦੀ ਆ ਤੇ ਉਹਨਾਂ ਨੂੰ ਕਿਹੜਾ ਬੰਦਾ ਜਿਹੜਾ ਪ੍ਰਮੋਟ ਕਰ ਰਿਹਾ ਵਾ ਇਹਦੇ ਨਾਲ ਹੀ ਮੇਰੇ ਵਿਧਾਨ ਸਭਾ ਹਲਕੇ 'ਚ ਕਿਹੜੇ ਕਿਹੜੇ ਸਰਕਾਰੀ ਮੁਲਾਜ਼ਮ ਤੇ ਕਿਹੜੇ ਰਿਟਾਇਰਡ ਹੋ ਚੁੱਕੇ ਆ ਪਤਾ ਲੱਗ ਸਕੇ ਵੀ ਉਹ ਕਿਹੜੇ ਕਿਹੜੇ ਮਹਿਕਮੇ ਨਾਲ ਸੰਬੰਧਿਤ ਆ ਇੱਥੇ ਨਾਲ ਹੀ ਮੈਂ ਪਿੰਡ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਦੀ ਸੂਚੀ ਵੀ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਆ ਤਾਂ ਜੋ ਉਹਨਾਂ ਨੂੰ ਸਰਪੰਚ ਸਾਬਕਾ ਸਰਪੰਚ ਜਾਂ ਨੰਬਰਦਾਰ ਆਪਣਾ ਰਜਿਸਟਰਡ ਕਰ ਦੂਗਾ ਵੀ ਆ ਸਾਡੇ ਪਿੰਡ ਦਾ ਕੰਮ ਹੋਣ ਵਾਲਾ ਵਾ ਇਹ ਕੰਮ ਜਿਹੜੀ ਤੁਸੀਂ ਕਿਤਾਬ ਹੈ ਉਹ ਇਹਦਾ ਫਾਇਦਾ ਉਹ ਲੋਕ ਜੇ ਅਗਰ ਤੁਹਾਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਜਾਂ ਤੁਹਾਨੂੰ ਟਿਕਟ ਨਾ ਮਿਲਣ ਤੇ ਵੀ ਇਹ ਕੰਮ ਚੁਤੀ ਕਰੋਗੇ ਇਹ ਮੈਂ ਕੰਮ ਜਾਰੀ ਰੱਖਾਂਗਾ ਜੀ ਕਿਉਂਕਿ ਇਹ ਮੇਰਾ ਜੱਦੀ ਹਲਕਾ ਵਾ ਮੇਰਾ ਛੋਟੇ ਜਿਹੜੇ ਚੀਤੇ ਆ ਚੀਤਾ ਖੁਰਦ ਮੇਰਾ ਜੱਦੀ ਪਿੰਡ ਹੈ ਜੀ ਔਰ ਇਹ ਮੈਂ ਅਟਾਰੀ ਵਿਧਾਨ ਸਭਾ ਹਲਕੇ ਦੀ ਬਿਹਤਰੀ ਵਾਸਤੇ ਔਰ ਮੈਂ ਜੇ ਗੁਰੂ ਮਹਾਰਾਜ ਨੇ ਮੈਨੂੰ ਇੱਥੇ ਪਾਇਆ ਵਾ ਤਾਂ ਮੈਂ ਤਾਂ ਉਮਰ ਵਿਧਾਨ ਸਭਾ ਹਲਕਾ ਅਟਾਰੀ ਨਾਲ ਜੁੜਿਆ ਰਹਿਾਂਗਾ ਤਿੰਨ ਚਾਰ ਉਮੀਦ ਜਿਹੜੇ ਸੰਭਾਵਿਤ ਉਮੀਦਵਾਰ ਆ ਜਿਹੜੇ ਆਪਣਾ ਦਾਅਵਾਦਾਰੀ ਠੋਕ ਰਹੇ ਆ ਕਿ ਲੱਗਦਾ ਤੁਹਾਡੇ ਤੇ ਪਾਰਟੀ ਹਾਈ ਕਮਾਂਡ ਦਾਅਵਾ ਕਰ ਦੇ ਦੇ ਕੋਈ ਤਾਂ ਪਾਰਟੀ ਦੀ ਮਰਜ਼ੀ ਆ ਜੀ ਮੈਨੂੰ ਰੱਬ ਨੇ ਤੋਰਿਆ ਜੀ ਔਰ ਮੈਨੂੰ ਤੋਰਨ ਤੋਂ ਪਹਿਲਾਂ ਰੱਬ ਨੇ ਏਡੀਸੀ ਰਮਦਾਸ ਜੀ ਨੂੰ ਕੁਰਸੀ ਤੋਂ ਉਠਾ ਕੇ ਆਮ ਆਦਮੀ ਪਾਰਟੀ ਚ ਭੇਜਿਆ ਜੀ ਜੇ ਰੱਬ ਦੀ ਮਰਜ਼ੀ ਉਥੋਂ ਤੱਕ ਆ ਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਰੱਬ ਦੀ ਅੱਗੇ ਵੀ ਮਰਜ਼ੀ ਜਿਹੜੀ ਆ ਉਹ ਸਹੀ ਹੋਊਗੀ